ਬਾਇਲਾਉ ਦੇ ਸਮਰਥਨ ਵਿੱਚ ਹੋਇਆ ਵਾਦਾ ਚਾਉ ਦੀ ਚੜ੍ਹਾਈ ਅਜੇ ਵੀ ਬਰਕਰਾਰ ਟ੍ਰਾਂਟੋ ਦੇ ਸਾਬਕਾ ਮੇਅਰ ਜான் ਟੋਰੀ ਵੱਲੋਂ ਥਾਪੜਾ ਮਿਲਣ ਤੋਂ ਬਾਅਦ ਇਨਾ ਬਾਇਲਾਉ ਦੇ ਸਮਰਥਨ ਵਿੱਚ ਭਾਰੀ ਵਾਦਾ ਵੇਖਣ ਨੂੰ ਮਿਲਿਆ ਹੈ ਪਰ ਨਵੇਂ ਜਾਰੀ ਕੀਤੇ ਗਏ ਸਰਵੇਖਣ ਅਨੁਸਾਰ 올ਿਵਿਆ ਚਾਉ ਦੀ ਚੜ੍ਹਤ ਅਜੇ ਵੀ ਬਰਕਰਾਰ ਹੈ ਮੀਨ ਸਟਰੀਟ ਰਿਸਰਚ ਵੱਲੋਂ ਕਰਵਾਏ ਗੇ ਤਾਜ਼ਾ ਸਰਵੇਖਣ ਅਨੁਸਾਰ ਤਹਿਸ਼ੁਦਾ ਵੋਟਰਾਂ ਵਿੱਚੋਂ ਚਾਉ ਦੇ ਹੱਕ ਵਿੱਚ 30 ਫੀਸਦੀ ਭੁਗਤਣ ਦੇ ਲਈ ਤਿਆਰ ਹਨ ਜਦਕਿ ਪਿਛਲੇ ਸਰਵੇਖਣ ਨਾਲੋਂ ਚਾਉ ਦੀ ਹਮਾਇਤ ਵਿੱਚ 6 ਅੰਕਾਂ ਦਾ ਘਾਟਾ ਦਰਜ ਕੀਤਾ ਗਿਆ ਹੈ ਬਾਇਲਾਉ ਨੂੰ ਬਾਈਫੀ ਸਦੀ ਸਮਰਥਨ ਹਾਸਲ ਹੋਣ ਦੀ ਗੱਲ ਸਾਹਮਣੇ ਆਈ ਹੈ ਤੇ ਇਸ ਵਾਰ ਉਸ ਨੂੰ 9 ਅੰਕਾਂ ਦੀ ਸਿੱਧੀ ਚੜਤ ਮਿਲੀ ਹੈ ਇਹ ਤਾਜ਼ਾ ਸਰਵੇਖਣ ਵੀਰਵਾਰ ਨੂੰ ਕਰਵਾਇਆ ਗਿਆ ਇਸ ਤੋਂ ਇੱਕ ਦਿਨ ਪਹਿਲਾਂ ਟੌਰੀ ਨੇ ਬਾਈਲਾਓ ਨੂੰ ਹਮਾਇਤ ਦੇਣ ਦੀ ਗੱਲ ਆਖੀ ਸੀ ਟਵਿੱਟਰ ਉਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਟੌਰੀ ਨੇ ਆਖਿਆ ਸੀ ਕਿ ਸਿਟੀ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਬਾਈਲਾਓ ਵਰਗਾ ਆਗੂ ਜਿੱਤੇ ਚਾਹੋ ਤੇ ਬਾਈਲਾਓ ਤੋਂ ਬਾਅਦ ਤੀਜੇ ਸਥਾਨ ਉਤੇ 13ਵੇਂ ਫੀ ਸਦੀ ਸਮਰਥਨ ਹਾਸਲ ਕਰਕੇ ਐਂਥਨੀ ਫੁਰੇ ਮੌਜੂਦ ਹਨ ਮੰਗਲਵਾਰ ਨੂੰ ਹੋਏ ਸਰਵੇਖਣ ਤੋਂ ਬਾਅਦ ਉਨ੍ਹਾਂ ਨੂੰ 6 ਅੰਕਾਂ ਦਾ ਫਾਇਦਾ ਹੋਇਆ ਹੈ ਇਸ ਤੇ ਸਾਬਕਾ ਸਿਟੀ ਕਾਉਂਸਲਰ ਰੌਬ ਡੈਵਿਸ ਇਸ ਕੰਟੈਸਟ ਵਿੱਚੋਂ ਬਾਹਰ ਹੋ ਗਏ ਅਤੇ ਉਹ ਨਾ ਫਰੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ 12% ਉੱਤੇ ਮਾਰਕ ਸੈਂਡਰਸ ਚੱਲ ਰਹੇ ਹਨ ਅਤੇ ਉਹ ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪਸੰਦ ਹਨ ਜੋਸ਼ ਮੈਟਲੋ ਨੂੰ 9% ਸਮਰਥਨ ਹਾਸਲ ਹੋ ਰਿਹਾ ਹੈ ਤੇ 5% ਸਮਰਥਕਾਂ ਨਾਲ ਮਿੱਤਸੀ ਹੰਟਰ ਉਹਨਾਂ ਤੋਂ ਪਿੱਛੇ ਹੈ ਇਸ ਦੌਰਾਨ ਬ੍ਰੈਡ ਬ੍ਰੈਡਫੋਰਡ ਤੇ ਕਲੋਏ ਬ੍ਰਾਊਨ 2% ਅੰਕਾਂ ਦੇ ਨਾਲ ਫਾੜੀ ਚੱਲ ਰਹੇ ਹਨ ਨਵਾਂ ਵਿਦੇਹਾਂਗਲੀ ਖਬਰ ਵਾਲਾ 38 ਸਾਲ ਬਾਅਦ ਵੀ ਬਹੁਤੇ ਕੈਨੇਡੀਅਨ 에ਅਰ ਇੰਡੀਆ ਦੀ ਫਲਾਈਟ 182 ਵਿੱਚ ਹੋਏ ਬੰਬ ਧਮਾਕੇ ਬਾਰੇ ਨਹੀਂ ਜਾਣਦੇ ਸ਼ੁੱਕਰਵਾਰ ਨੂੰ 에ਅਰ ਇੰਡੀਆ ਦੀ ਫਲਾਈਟ 182 ਵਿੱਚ ਹੋਏ ਧਮਾਕੇ ਦੀ ਘਟਨਾ ਨੂੰ ਵਾਪਰਿਆ 38 ਸਾਲ ਦਾ ਲੰਮਾ ਅਰਸਾ ਪੂਰਾ ਹੋ ਜਾਵੇਗਾ ਅਜੇ ਵੀ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਦੇਸ਼ ਦੇ ਕਈ ਲੋਕਾਂ ਨੂੰ ਇਸ ਸੱਤਬਾਦੀ ਹਮਲੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ 23 ਜੂਨ 1985 ਨੂੰ ਟੋਰਾਂਟੋ ਤੋਂ ਲੰਡਨ ਜਾ ਰਹੀ ਫਲਾਈਟ ਵਿੱਚ ਸਵਾਰ 280 ਕੈਨੇਡੀਅਨਜ਼ ਜਿਨ੍ਹਾਂ ਵਿੱਚ 86 ਬੱਚੇ ਵੀ ਸ਼ਾਮਲ ਸਨ ਬੰਬ ਧਮਾਕੇ ਵਿੱਚ ਆਪਣੀਆਂ ਜਾਨਾਂ ਗ ਦਮਾਕੇ ਤੋਂ ਬਾਅਦ ਜਹਾਜ਼ ਦਾ ਮਲਵਾ ਆਇਰਲੈਂਡ ਦੇ ਤੱਟ ਉਤੇ ਸਮੁੰਦਰ ਵਿੱਚ ਜਾ ਡਿਗਾ ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗੇ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 10 ਵਿੱਚੋਂ 9 ਕੈਨੇਡੀਅਨਸ ਨੂੰ ਇਸ ਘਟਨਾ ਦੀ ਮਾਮੂਲੀ ਜਾਣਕਾਰੀ ਹੈ ਜਦਕਿ ਪੰਜਾਬ ਵਿੱਚੋਂ 3 ਕੈਨੇਡੀਅਨਸ ਜਿਨ੍ਹਾਂ ਦੀ ਉਮਰ 35 ਸਾਲ ਤੋਂ ਕੱਟ ਹੈ ਨੇ ਇਸ ਘਟਨਾ ਬਾਰੇ ਕਦੇ ਸੁਨਿਆ ਹੀ ਨਹੀਂ ਬੀਸੀ ਦੇ ਸਾਬਕਾ ਪ੍ਰੀਮੀਅਰ ਉਜਲ ਦਸਾਂਜ ਨੇ ਆਖਿਆ ਹੈ ਕਿ ਇਹਨਾਂ ਅੰਕੜਿਆਂ ਤੋਂ ਉਹ ਹੈਰਾਨ ਨਹੀਂ ਹਨ ਉਹਨਾਂ ਆਖਿਆ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਇਸ ਨੂੰ ਕੈਨੇਡੀਅਨ ਨੈਟਰੇਜੀ ਵੱਲੋਂ ਨਹੀਂ ਸੀ ਲਿਆ ਗਿਆ ਉਸ ਸਮੇਂ ਕੈਨੇਡੀਅਨ ਲੀਡਰਸ਼ਿਪ ਵੱਲੋਂ ਇਸ ਨੂੰ ਨਸਲੀ ਅੰਗ ਨਾਲ ਵੇਖਿਆ ਗਿਆ ਸੀ ਉਹਨਾਂ ਨੇ ਉਸ ਸਮੇਂ ਇਹ ਸਮਝਿਆ ਸੀ ਕਿ ਕਨਕਬਿਨ ਨੇ ਰੰਗ ਵਾਲੇ ਇਹ ਲੋਕ ਜਿਨ੍ਹਾਂ ਵਿੱਚੋਂ ਕੁਝ ਨੇ ਪੱਗਾਂ ਬੰਨੀਆਂ ਹੋਈਆਂ ਸਨ ਤੇ ਕੁਝ ਬਿਨਾਂ ਪੱਗਾਂ ਤੋਂ ਹਨ ਐਵੇਂ ਕਿਸੇ ਮੁੱਦੇ ਉੱਤੇ ਇੱਕ ਦੂਜੇ ਨਾਲ ਬੈਸੀ ਜਾ ਰਹੇ ਹਨ ਇਸ ਦਾ ਸਮਾਜ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ ਨਵੀਆਂ ਵੱਧਦੇ ਹਨ ਅਗਲੀ ਖਬਰ ਵਾਲੇ Google ਤੇ Meta ਵੱਲੋਂ ਖਬਰਾਂ ਬਦਲੇ ਮੀਡੀਆ ਆਊਟਲੈਟਸ ਨੂੰ ਅਦਾਇਗੀ ਕਰਨ ਸੰਬੰਧੀ ਬਿੱਲ ਸੈਨੇਟ ਵਿੱਚ ਵੀ ਹੋਇਆ ਪਾਸ ਖਬਰਾਂ ਨੂੰ ਆਪਣੇ ਪਲੇਟਫਾਰਮਸ ਉੱਤੇ ਵਰਤਨ ਤੇ ਸਾਂਝਾ ਕਰਨ ਬਦਲੇ Google ਤੇ Meta ਵਰਗੀਆਂ ਕੰਪਨੀਆਂ ਨੂੰ ਮੀਡੀਆ ਆਊਟਲੈਟਸ ਨੂੰ ਅਦਾਇਗੀ ਕਰਨ ਸੰਬੰਧੀ ਫੈਡਰਲ ਬਿੱਲ ਸੈਨੇਟ ਵਿੱਚ ਵੀ ਪਾਸ ਹੋ ਗਿਆ ਹੁਣ ਜਲਦ ਹੀ ਇਹ ਕਾਨੂੰਨ ਬਣਨ ਜਾ ਰਿਹਾ ਹੈ ਸੈਨੇਟ ਵਿੱਚ ਵੀਰਵਾਰ ਨੂੰ ਇਸ ਸੰਬੰਧੀ ਫਾਈਨਲ ਵੋਟਿੰਗ ਹੋਏ ਲਿਬਰਲ ਸਰਕਾਰ ਤੇ ਸਿਲੀਕਨ ਵੈਲੀ ਦੀਆਂ ਇਹਨਾਂ ਕੰਪਨੀਆਂ ਵਿਚਾਲੇ ਚੱਲ ਰਹੀ ਖੁੜਾਤ ਦਰਮਿਆਨ ਇਸ ਬਿੱਲ ਉਤੇ ਹੋਣ ਸ਼ਾਹੀ ਮੋਹਰ ਲਗਣੀ ਬਾਕੀ ਰਹਿ ਗਈ ਹੈ ਇਸ ਦੌਰਾਨ ਵੀਰਵਾਰ ਨੂੰ ਮੈਟਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਆਪਣੇ ਕੈਨੇਡੀਅਨ ਯੂਜ਼ਰਸ ਦੇ ਲਈ ਫੇਸਬੁੱਕ ਤੇ ਇੰਸਟਾਗ੍ਰam ਉਤੇ ਖਬਰਾਂ ਦੀ ਉਪਲਬਧਤਾ ਖਤਮ ਕਰ ਦੇਵੇਗਾ ਇਸ ਤੋਂ ਪਹਿਲਾਂ ਵੀ ਮੈਟਾ ਵੱਲੋਂ ਇਹ ਸੁਝਾ ਦਿੱਤਾ ਗਿਆ ਸੀ ਮੈਟਾ ਨੇ ਹਾਲੇ ਆਪਣੇ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਕੋਈ ਤਰੀਕ ਨਹੀਂ ਦੱਸੀ ਹੈ ਪਰ ਉਸ ਦਾ ਕਹਿਣਾ ਹੈ ਕਿ ਆਨਲਾਈਨ ਨਿਊਜ਼ ਐਕਟ ਤੇ ਪ੍ਰਭਾਵੀ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਸਾਈਟ ਤੋਂ ਲੋਕਲ ਖਬਰਾਂ ਹਟਾ ਦੇਵੇਗਾ ਜਿਸ ਕਾਰਨ ਇਹ ਹੈ ਕਿ ਸ਼ਾਹੀ ਮਨਜ਼ੂਰੀ ਮਿਲਣ ਤੋਂ 6 ਮਹੀਨੇ ਬਾਅਦ ਇਹ ਬਿੱਲ ਲਾਗੂ ਹੋ ਜਾਵੇਗਾ ਮੈਟਾ ਦੇ ਬੁਲਾਰੇ ਸਕਾਟ ਰੀਡ ਨੇ ਆਖਿਆ ਹੈ ਕਿ ਅਸੀਂ ਬਾਰੀ-ਬਾਰੀ ਇਹ ਆਖ ਚੁਕੇ ਹਨ ਕਿ ਬਿਲ ਸੀ 18 ਦੇ ਨਾਲ ਤਾਲਮੇਲ ਬਿਠਾਉਣ ਦੇ ਲਈ ਨਿਊਜ਼ ਆਊਟਲੈਟਸ ਜਿਨ੍ਹਾਂ ਵਿੱਚ ਨਿਊਜ਼ ਪਬਲਿਸ਼ਰਸ ਤੋਂ ਬ੍ਰਾਡਕਾਸਟਰਸ ਵੀ ਸ਼ਾਮਲ ਹਨ ਕੋਲੋਂ ਖਬਰਾਂ ਸੰਬੰਧੀ ਹਾਸਲ ਹੋਣ ਵਾਲਾ ਮਸੌਦਾ ਕੈਨੇਡਾ ਵਿੱਚ ਉਹਨਾਂ ਦੇ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਉਪਲਬਧ ਨਹੀਂ ਹੋਵੇਗਾ ਨਵਾਂ ਦੇਖ ਹਾਂ ਖ਼ਬਰ ਵਾਲ ਅਮਰੀਕਾ ਦੀ ਬੈਂਗਲੂਰੂ, ਅਹਮਦਾਬਾਦ ਅਤੇ ਭਾਰਤ ਦੀ ਸਿਆਟਲ ਵਿੱਚ ਵੰਜ ਦੂਤਖਰ ਖੋਲਣ ਦੀ ਯੋਜਨਾ ਅਮਰੀਕਾ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਗਲੂਰੂ ਅਤੇ ਅਹਮਦਾਬਾਦ ਵਿੱਚ ਦੋ ਨਵੇਂ ਵੰਜ ਦੂਤਖਰ ਖੋਲੇਗਾ ਜਦਕਿ ਭਾਰਤ ਸਿਆਟਲ ਵਿੱਚ ਇੱਕ ਮਿਸ਼ਨ ਸਥਾਪਿਤ ਕਰੇਗਾ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ 1.25 ਲੱਖ 25000 ਵੀਜ਼ੇ ਜਾਰੀ ਕੀਤੇ ਸਨ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਵਿਦਿਆਰਥੀ ਪਾਚਾਰਾ ਬਣਨ ਦੇ ਲਈ ਤਿਆਰ ਹਨ ਇਕੱਲੇ ਪਿਛਲੇ ਸਾਲ ਹੀ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 20% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਬੈਂਗਲੁਰੂ ਅਤੇ ਅਹਮਦਾਬਾਦ ਵਿੱਚ ਦੋ ਨਵੇਂ ਵਣਜ ਦੂਤਕਾਰ ਖੋਲਣ ਦਾ ਇਰਾਦਾ ਰੱਖਦਾ ਹੈ ਇਸੇ ਤਰ੍ਹਾਂ ਭਾਰਤ ਸਿਆਟਲ ਵਿੱਚ 2023 ਵਿੱਚ ਆਪਣਾ ਵਣਜ ਦੂਤਕਾਰ ਖੋਲਣ ਦਾ ਸਵਾਗਤ ਕਰ ਰਿਹਾ ਹੈ ਅਤੇ ਅਮਰੀਕਾ ਵਿੱਚ ਨਵੇਂ ਵਣਜ ਦੂਤਕਾਰ ਦਾ ਐਲਾਨ ਕਰਨ ਦੇ ਲਈ ਵੀ ਉਤਸ਼ਾਹਿਤ ਹੈ ਭਾਰਤ ਦੇ ਵਾਸ਼ਿੰਗਟਨ ਤੋਂ ਇਲਾਵਾ ਨਿਊਯਾਰਕ ਸੈਨ ਫਰਾਂਸਿਸਕੋ ਸ਼ਿਕਾਗੋ ਹਿਊਸਟਨ ਅਤੇ ਐਟਲੰਟਾ ਵਿੱਚ ਪੰਜ ਵਣਜ ਦੂਤਕਾਰ ਹਨ ਨਵੀਂ ਦਿਤੀ ਵਿਚ ਅਮਰੀਕੀ ਦੂਤਕਰ ਦੁਨੀਆ ਭਾਰ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਕੂਟਨੀਤਿਕ ਕਮਿਸ਼ਨਾਂ ਵਿੱਚੋਂ ਇੱਕ ਹੈ ਦੂਤਕਰ ਮੁੰਬਈ ਕੋਲਕਾਤਾ ਚੇਨਈ ਅਤੇ ਹਦਰਾਬਾਦ ਵਿੱਚ ਚਾਰ ਦੂਤਕਰਾਂ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਭਰ ਵਿੱਚ ਅਮਰੀਕਾ ਭਾਰਤ ਸਬੰਧ ਮਜ਼ਬੂਤ ਬਨੇ ਰਹਣ ਇਹ ਜਾਣਕਾਰੀ ਦੂਤਕਰ ਦੀ ਵੈੱਬਸਾਈਟ ਤੇ ਉਪਲਬਧ ਹੈ ਲੋ ਵਧਦੇ ਹਾਂ ਅਗਲੀ ਖਬਰ ਵੱਲ ਮਿਸਰ ਦੌਰੇ ਦੌਰਾਨ ਪੀਐਮ ਮੋਦੀ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਭੇਂਟ ਕਰਨਗੇ ਸ਼ਰਧਾਂਜਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਮਿਸਰ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਮਿਸਰ ਅਤੇ ਫਲਸਤੀਨ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਪੀਐਮ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ ਕਾਹਿਰਾ ਚੋਂ 24 ਤੋਂ 25 ਦੂ ਜੂਨ ਤੱਕ ਮਿਸਰ ਦੀ ਸਰਕਾਰੀ ਯਾਤਰਾ ਕਰਨਗੇ ਮੋਦੀ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਸੱਦੇ ਤੇ ਦੌਰੇ ਤੇ ਜਾ ਰਹੇ ਹਨ ਮੋਦੀ 1997 ਤੋਂ ਬਾਅਦ ਦਵੱਲੇ ਦੌਰੇ ਤੇ ਮਿਸਰ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਮੋਦੀ ਹੇਲਿਓਪੋਲਿਸ ਵਾਰ ਮੈਮੋਰੀਅਲ ਦਾ ਦੌਰਾ ਕਰਨਗੇ ਅਤੇ ਸ਼ਹੀਦ ਭਾਰਤੀ ਸੈਨਿਕਾਂ ਕਾ ਅਨੁਸ਼ਟ ਅੰਦਾਲੀ ਪੇਂਟ ਕਰਨਗੇ ਇਹ ਲਗਭਗ 4000 ਭਾਰਤੀ ਸੈਨਿਕਾਂ ਦੀ ਯਾਦਗਾਰ ਦੇ ਰੂਪ ਵਿੱਚ ਹੈ ਜੋ ਪਹਿਲੇ ਵਿਸ਼ਵ ਯੁੱਧ ਵਿੱਚ ਮਿਸਰ ਅਤੇ ਫਲਸਤੀਨ ਵਿੱਚ ਮਾਰੇ ਗਏ ਸਨ ਇੱਕ ਸਥਾਨਕ ਨਾਗਰਿਕ ਨੇ ਕਿਹਾ ਸਾਨੂੰ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਲਦੀ ਜੰਗੀ ਯਾਦਗਾਰ ਦਾ ਦੌਰਾ ਕਰਨਗੇ ਮਿਸਰ ਦੇ ਲੋਕ ਉਦਾਰ ਹਨ ਅਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਕਿਹਾ ਰਾਸ਼ਟ੍ਰ ਮੰਡਲ ਸਮਾਦੀ ਸਥਾਨ ਉਹਨਾਂ ਸੈਨਿਕਾਂ ਦਾ ਹੈ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਲੜੇ ਸਨ ਅਸੀਂ ਹਮੇਸ਼ਾ ਇੱਥੇ ਸਲਾਨੀਆਂ ਦਾ ਸਵਾਗਤ ਕਰਦੇ ਹਾਂ ਅਤੇ ਖਾਸ ਤੌਰ ਤੇ ਮਿਸਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਾਂਗੇ ਨਵਾਂ ਅੱਜ ਦੀ ਖਬਰ ਬਾਈਲੇ ਜਗਮੀਤ ਸਿੰਘ ਨੇ ਨਿਜਰ ਦੇ ਕਤਲ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਡੀਸਨੋ ਤੋਂ ਸਰੀ ਬੀਸੀ ਵਿੱਚ ਰਹਿਣ ਵਾਲੇ ਸਿੱਖ ਕਮਿਊਨਿਟੀ ਦੇ ਉੱਗੇ ਮੈਂਬਰ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਰਿਪੋਰਟਾਂ ਵੀ ਮਿਲੀਆਂ ਹਨ ਕਿ ਕੁਝ ਸਮਾਂ ਪਹਿਲਾਂ ਨਿਜਰ ਨੂੰ ਕੈਨੇਡੀਅਨ ਇੰਟੈਲੀਜੈਂਸ ਅਧਿਕਾਰੀਆਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਦੀ ਜ਼ਿੰਦਗੀ ਖਤਰੇ ਵਿੱਚ ਹੈ ਕੈਨੇਡਾ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਨਿਜਰ ਪ੍ਰਧਾਨ ਸੀ ਐਤਵਾਰ ਸ਼ਾਮ ਨੂੰ ਗੁਰਦੁਆ ਤੋਂ ਬਾਹਰ ਨਿਕਲਦੇ ਸਮੇਂ ਉਸ ਦੀ ਗੱਡੀ ਵਿੱਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਗਮੀਤ ਸਿੰਘ ਨੇ ਮੈਡੀਸਨੋ ਨੂੰ ਮੰਗਲਵਾਰ ਨੂੰ ਲਿਖੇ ਖੁੱਲੇ ਪੱਤਰ ਵਿੱਚ ਇਹ ਆਖਿਆ ਹੈ ਕਿ ਇਹ ਸਹਿਹਿੰਸਕ ਘਟਨਾ ਤੋਂ ਬਾਅਦ ਸਿੱਖ ਕਮਿਊਨਿਟੀ ਪਹਿਲਾਂ ਨਾਲੋਂ ਵੀ ਚਿੰਤਤ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਉਹਨਾਂ ਇਹ ਵੀ ਲਿਖਿਆ ਹੈ ਕਿ ਪਬਲਿਕ ਸੇਫਟੀ ਮੰਤਰੀ ਹੋਣ ਦੇ ਨਾਤੇ ਹਰ ਕੈਨੇਡੀਅਨ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੇ ਇਸ ਲਈ ਜੋ ਬਣਦਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਹੈ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਨਿੱਜਰ ਦੇ ਕਤਲ ਦੀ ਜਾਂਚ ਕਰਵਾਈ ਜਾਵੇ ਅਤੇ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਏ ਦੋਸ਼ਾਂ ਦੀ ਇਹ ਤੱਕ ਜਾਇਆ ਜਾਵੇ ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਨਿਊਯਾਰਕ ਸਥਿਤ ਵਕੀਲ ਗੁਰਪਤਮਨ ਸਿੰਘ ਪੰਨੂ ਨੇ ਆਖਿਆ ਕਿ ਨਿਜਰ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਉਸ ਨਾਲ ਗੱਲ ਕੀਤੀ ਸੀ ਪੰਨੂ ਦੇ ਹਵਾਲੇ ਨਾਲ ਕੈਨੇਡੀਅਨ ਪ੍ਰੈਸ ਨੇ ਇਹ ਰਿਪੋਰਟ ਕੀਤਾ ਕਿ ਨਿਜਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਵੱਖਰਾ ਸਿੱਖ ਸਟੇਟ ਹਾਸਲ ਕਰਨ ਦੇ ਲਈ ਰਾਏ ਸ਼ਮਾਰੀ ਉੱਤੇ ਵੋਟ ਕਰਵਾਉਣ ਦਾ ਪ੍ਰਬੰਧ ਕਰ ਰਿਹਾ ਹੈ ਪਰ ਉਸ ਦੀ ਸੇਫਟੀ ਨੂੰ ਖਤਰਾ ਹੈ ਅਤੇ ਇਹ ਵੀ ਕਿ ਭਾਰਤ ਸਰਕਾਰ ਨੇ ਨਿਜਰ ਦੀ ਗ੍ਰਿਫਤਾਰੀ ਲਈ ਇਨਾਮ ਰੱਖਿਆ ਹੋਇਆ ਹੈ ਲੋਕਾਂ ਦਾ ਇਹ ਅਗਲੀ ਖਬਰ ਵਾਲੇ ਪੀਐਮ ਮੋਦੀ ਨੇ ਅਮਰੀਕੀ ਕਾਰੋਬਾਰੀਆਂ ਨੂੰ ਦਿੱਤਾ ਨਿਵੇਸ਼ ਦਾ ਸੱਦਾ ਕਿਹਾ ਭਾਰਤ ਦੀ ਮਜ਼ਬੂਤੀ ਵਿੱਚ ਦੁਨੀਆ ਦਾ ਫਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਭਾਰਤ ਅਮਰੀਕਾ ਭਾਈਵਾਲੀ ਸਹੂਲਤ ਦੀ ਨਹੀਂ ਹੈ ਸਗੋਂ ਵਿਸ਼ਵਾਸ ਸਾਂਝੀਆਂ ਵਚਨਬੱਧ ਨਾਮਾਤੇ ਹਮਦਰਦੀ ਦੀ ਹੈ ਇੱਥੇ ਜੋਹਨ ਐਂਡ ਕਨੇਡੀਅਨ ਸੈਂਟਰ ਵਿੱਚ ਨੌਜਵਾਨ ਉਦਮੀਆਂ ਅਤੇ ਪੇਸ਼ੇਵਰਾਂ ਨੂੰ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਹੈ ਕਿ ਜਦੋਂ ਵੀ ਭਾਰਤ ਮਜ਼ਬੂਤ ਹੋਇਆ ਹੈ ਦੁਨੀਆ ਨੂੰ ਫਾਇਦਾ ਹੋਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਕੋਵਿਡ ਮਹਾਮਾਰੀ ਦੌਰਾਨ ਦੇਖਿਆ ਗਿਆ ਸੀ ਜਦੋਂ ਦੁਨੀਆ ਨੂੰ ਦਵਾਈਆਂ ਦੀ ਲੋੜ ਸੀ ਭਾਰਤ ਨੇ ਆਪਣਾ ਉਤਪਾਦਨ ਵਧਾਇਆ ਅਤੇ ਦਵਾਈਆਂ ਮੁਹੱਈਆ ਕਰਵਾਈਆਂ। ਉਹਨਾਂ ਨੇ ਅਮਰੀਕਾ-ਭਾਰਤ ਰਣਨੀਤਿਕ ਭਾਈਵਾਲੀ ਫੋਰਮ ਵਿੱਚ ਕਿਹਾ ਭਾਰਤ-ਅਮਰੀਕਾ ਭਾਈਵਾਲੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਹ ਸਾਂਝੇਦਾਰੀ 21ਵੀਂ ਸਦੀ ਵਿੱਚ ਦੁਨੀਆ ਦੀ ਤਕਦੀਰ ਬਦਲ ਸਕਦੀ ਹੈ। ਮੋਦੀ ਨੇ ਕਿਹਾ ਹੈ ਕਿ ਇਹ ਭਾਈਵਾਲੀ ਸਹੂਲਤ ਦੀ ਨਹੀਂ ਹੈ ਸਗੋਂ ਵਿਸ਼ਵਾਸ, ਸਾਂਝੀਆਂ ਵਚਨਬੱਧਤਾਵਾਂ ਅਤੇ ਹਮਦਰਦੀ ਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਭਾਰਤ ਦੀ ਸਫਲਤਾ ਦਾ ਆਧਾਰ ਅਤੇ ਇਸ ਦੇ ਵਿਕਾਸ ਦੀ ਸਭ ਤੋਂ ਵੱਡੀ ਪ੍ਰੇਰਣਾ ਸ਼ਕਤੀ ਇਸ ਦੇ ਲੋਕਾਂ ਦੀਆਂ ਇੱਛਾਵਾਂ ਹਨ। ਮੋਦੀ ਨੇ ਇਹ ਵੀ ਨੋਟ ਕਹਤਾ ਹੈ ਕਿ ਪਿਛਲੇ 2.5 ਸਾਲਾਂ ਵਿੱਚ ਅਮਰੀਕੀ ਕੰਪਨੀਆਂ ਨੇ ਭਾਰਤ ਵਿੱਚ 16 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਰਾਸ਼ਟਰ ਹੈ ਅਤੇ ਇਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਯੁਵਾ ਪ੍ਰਤਿਭਾ ਪੂਲ ਅਤੇ ਹੁਨਰਮੰਦ ਅਤੇ ਪੇਸ਼ੇਵਰ ਬਲ ਹੈ ਅਤੇ ਜੋ ਵੀ ਦੇਸ਼ ਇਸ ਸਮੇਂ ਭਾਰਤ ਵਿੱਚ ਸ਼ਾਮਲ ਹੁੰਦਾ ਹੈ ਉਸ ਨੂੰ ਲਾਭ ਹੋਵੇਗਾ। ਮੋਦੀ ਨੇ ਕਿਹਾ ਹੈ ਕਿ ਅਸੀਂ ਵਿੱਤੀ ਘਾਟੇ ਨੂੰ ਕਾਬੂ ਵਿੱਚ ਰੱਖ ਰਹੇ ਹਾਂ। ਸਾਡਾ ਨਿਰਯਾਤ ਵੱਧ ਰਿਹਾ ਹੈ, ਸਾਡੀ ਵਿਦੇਸ਼ੀ ਮੁਦਰਾ ਵੱਧ ਰਹੀ ਹੈ ਅਤੇ FDI ਵਿੱਚ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। 응. <목소리법> ਲੋ ਵੱਧਦੇ ਹਾਂ ਅਗਲੀ ਖਬਰ ਵੱਲ 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰਪਾਕ ਤੋਂ 90 ਸਾਲ ਅਫਜ਼ਲ ਬੀਬੀ ਪੁਜੀ ਰੋਪਨਗਰ ਯਾਦਾਂ ਹੋਈਆਂ ਤਾਜ਼ਾ ਸਨ 1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਦਾ ਦਰਦ ਅਜੋ ਉਸ ਵੇਲੇ ਫੇਰ ਤਾਜ਼ਾ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਮਦੀਨ ਦੇ ਸਤਿਕਾਰਯੋਗ ਭੂਆ ਜੀ 76 ਸਾਲ ਬਾਅਦ ਆਪਣੇ ਭਤੀਜੇ ਨੂੰ ਮਿਲਣ ਰੋਪਨਗਰ ਪੁਜੇ ਜਿਕਰ ਜੋ ਹੈ ਕਿ 1947 ਚ ਵੰਡ ਸਮੇ ਅਫਜ਼ਲ ਬੀਬੀ ਜੋ ਉਸ ਸਮੇ ਲਗਭਗ 14 ਸਾਲ ਦੀ ਸੀ ਆਪਣੇ ਨਾਨਕੇ ਪਿੰਡ ਬਾਰਾ ਚੱਕ ਜ਼ਿਲ੍ਹਾ ਚਾਹੀਵਾਲ ਗਈ ਹੋਈ ਸੀ ਕਿ ਵੰਡ ਦਾ ਐਲਾਨ ਹੋ ਗਿਆ ਤੇ 11 ਲੱਖਾਂ ਪਰਿਵਾਰਾਂ ਬਾਅਦ ਇਸ ਪਰਿਵਾਰ ਚੋਂ ਵੀ ਇਹ ਬੀਬੀ ਪਾਕਿਸਤਾਨ ਰਹਿ ਗਏ ਤੇ ਬਾਕੀ ਪਰਿਵਾਰ ਆਪਣੇ ਪਿੰਡ ਖਡੂਰ ਸਾਹਿਬ ਭਾਰਤ ਵਿੱਚ ਰਹਿ ਗਿਆ 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੋਰ ਪਿਆ ਜਦੋਂ ਅਫਸਲ ਬੀਬੀ ਨੂੰ 90 ਸਾਲ ਦੀ ਉਮਰ ਵਿੱਚ 1 ਮਹੀਨੇ ਦੇ ਲਈ ਭਾਰਤ ਦਾ ਵੀਜ਼ਾ ਮਿਲ ਗਿਆ ਤੇ ਉਹ ਖਡੂਰ ਸਾਹਿਬ ਆਪਣੇ ਪੇਕੇ ਪਿੰਡ ਤੇ ਰੂਪਨਗਰ ਸ਼ਹਿਰ ਵਿੱਚ ਰਹਿੰਦੇ ਆਪਣੇ ਪਤੀਜੇ ਕਰਮਦੀਨ ਨੂੰ ਮਿਲਣ ਲਈ ਰੂਪਨਗਰ ਪਹੁੰਚੇ ਇਸ ਮੌਕੇ ਤੇ ਕਰਮਦੀਨ ਦੇ ਪਰਿਵਾਰ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਵੱਲੋਂ ਵੀ ਬੜੇ ਭਾਵੁਕ ਮਾਹੌਲ ਵਿੱਚ ਬੀਬੀ ਦਾ ਸੁਆ ਇਹ ਤਾਂ ਕੀਤਾ ਗਿਆ ਲੋਕਾਂ ਦੇ ਅਗਲੀ ਖਬਰ ਵਾਲਾ ਬ੍ਰੈਮਟਨ ਵਿਖੇ ਗੁਰਦੁਆਰੇ ਚੋਂ ਵਿਅਕਤੀ ਗ੍ਰਿਫਤਾਰ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ 'ਤੇ ਬੀਤੇ ਕੱਲ ਇੱਕ ਸ਼ੱਕੀ ਵਿਅਕਤੀ ਦੀ ਹਾਜ਼ਰੀ ਕਾਰਨ ਬੇਚੈਨੀ ਅਤੇ ਖਲਬਲੀ ਵਾਲਾ ਮਾਹੌਲ ਬਣ ਗਿਆ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਬਚਾਅ ਦੇ ਲਈ ਉਹ ਲੰਗਰ ਹਾਲ ਵਿੱਚ ਚਲਾ ਗਿਆ ਜਿੱਥੇ ਪੁਲਿਸ ਨੇ ਕਰੰਟ ਲਗਾ ਕੇ ਉਸ ਉੱਪਰ ਕਾਬੂ ਪਾਇਆ ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਵਿਅਕਤੀ ਦੀ ਮੌਜੂਦਗੀ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਦਰਜ ਕੀਤਾ ਜਾ ਰਿਹਾ ਸੀ ਪੁਲਿਸ ਅ ਸੋ ਵਿਅਕਤੀਤੋਂ ਕਿਸੇ ਜਨ ਤੱਕ ਖਤਰੇ ਦਾ ਡਰ ਨਹੀਂ ਹੈ ਪਰ ਅਜਹੀ ਸਥਿਤੀ ਤੋਂ ਸਾਵਧਾਨ ਰਹਿਣਾ ਜ਼ਰੂਰੀ ਹੈ ਲੋ ਵੱਧਦੇ ਹਾਂ ਅਗਲੀ ਖਬਰ ਵੱਲ ਫਰਾਂਸ ਯਾਤਰਾ ਤੇ ਪਹੁੰਚੇ ਸ਼ਾਹਬਾਜ਼ ਸ਼ਰੀਫ ਨੇ ਮਹਿਲਾ ਅਫਸਰ ਤੋਂ ਖੋਹੀ ਛਤਰੀ ਨਵੇਂ ਕਰਜੇ ਦੀ ਭਾਲ ਵਿੱਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਰਾਂਸ ਵਿੱਚ ਸ਼ਾਹਬਾਜ਼ ਸ਼ਰੀਫ ਜਦੋਂ ਬੈਠਕ ਵਾਲੀ ਥਾਂ ਤੇ ਪਹੁੰਚੇ ਤਾਂ ਉੱਥੇ ਜ਼ੋਰਦਾਰ ਮੀਂਹ ਪੈ ਰਿਹਾ ਸੀ ਮਹਿਲਾ ਪ੍ਰੋਟੋਕਾਲ ਅਧਿਕਾਰੀ ਕਾਰ ਦੇ ਗੇਟ ਤੇ ਛਤਰੀ ਲੈ ਕੇ ਖੜੀ ਸੀ ਪ੍ਰੋਟੋਕਾਲ ਦੇ ਅਨੁਸਾਰ ਉਕਤ ਮਹਿਲਾ ਅਧਿਕਾਰੀ ਨੇ ਸ਼ਾਹਬਾਜ਼ ਨੂੰ ਆਪਣੀ ਛਤਰੀ ਹੇਠ ਬੈਠਕ ਵਾਲੇ ਸਥਾਨ ਦੇ ਗੇਟ ਤੱਕ ਲੈ ਕੇ ਜਾਣਾ ਸੀ ਹਾਲ ਸ਼ਬਦ ਕਹਿਣ ਤੋਂ ਬਾਅਦ ਉਸ ਨੇ ਹੱਥ ਤੋਂ ਛਤਰੀ ਲੈ ਕੇ ਤੇਜ਼ ਕਦਮਾਂ ਦੇ ਨਾਲ ਇਕੱਲੇ ਬੈਠਕ ਹਾਲਵਲ ਚਲੇ ਗਏ ਵੀਡੀਓ ਵਿੱਚ ਮਹਿਲਾ ਅਧਿਕਾਰੀ ਮੀ ਨਾਲ ਭਿੱਜੀ ਹੋਈ ਸ਼ਾਹਬਦ ਸ਼ਰੀਫ ਦੇ ਪਿੱਛੇ ਤੁਰਦੀ ਦਿਖਾਈ ਦੇ ਰਹੀ ਹੈ ਅਤੇ ਇਹ ਵੀ ਦੱਸਣਯੋਗ ਹੈ ਕਿ ਉਕਤ ਵੀਡੀਓ ਨਾਲ ਪਾਕ ਸਰਕਾਰ ਦੀ ਦੁਨੀਆ ਭਰ ਵਿੱਚ ਕਿਰਕਰੀ ਹੋ ਰਹੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵੀਡੀਓ ਖੁਦ ਪਾਕ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਕ ਪ੍ਰਧਾਨ ਮੰਤਰੀ ਫਰਾਂਸ ਨਿਊ ਗਲੋਬਲ ਫਾਈਨਾਂਸਿੰਗ ਪੈਕਟ ਸਮੇਲਨ ਵਿੱਚ ਹਿੱਸਾ ਲੈਣ ਗਏ ਹਨ ਇਸ ਵਿੱਚ ਦੁਨੀਆ ਦੇ ਗਰੀਬ ਅਤੇ ਕਰਜ਼ਾਈ ਸ਼ਾਹ ਨੂੰ ਕੁਝ ਕਰਜ਼ੇ ਅਤੇ ਕੁਝ ਹੋਰ ਵਪਾਰ ਕਰਿਆ ਤਾਂ ਦਿੱਤੀਆਂ ਜਾਂਦੀਆਂ ਹਨ